ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਅਜਿਹਾ ਪਰਿਵਾਰ ਹੈ ਜਿਸ ਉੱਤੇ ਮੁਸੀਬਤਾਂ ਤਾਂ ਬਹੁਤ ਆਈਆਂ ਪਰ ਉਸ ਪਰਿਵਾਰ ਦੀ 9 ਸਾਲਾ ਧੀ ਨੇ ਆਪਣੇ ਪਰਿਵਾਰ ਦਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ। ਸਹਾਰਾ ਲਿਆ ਉਸ 9 ਸਾਲ ਦੀ ਧੀ ਨੇ ਸੋਸ਼ਲ ਮੀਡੀਆ ਦਾ ਅਤੇ ਉਸਦੇ ਪਾਪਾ ਜੋ ਕਿ ਡਿਪਰੈਸ਼ਨ ਵਿੱਚ ਚਲੇ ਗਏ ਸੀ ਉਹਨਾਂ ਨੂੰ ਸੁਝਾਅ ਦਿੱਤਾ ਸੋਸ਼ਲ ਮੀਡੀਆ ਦੇ ਪਲੇਟਫਾਰਮ ਦਾ ਕਿਉਂਕਿ ਉਸਦੇ ਪਿਤਾ ਵਿਆਹ ਤੋਂ ਪਹਿਲਾਂ ਮਾਡਲਿੰਗ ਕਰਦੇ ਸਨ ਅਤੇ ਕਈ ਨਾਮਵਰ ਗਾਇਕਾਂ ਨਾਲ ਉਹਨਾਂ ਦੇ ਗਾਣਿਆਂ ਦਾ ਹਿੱਸਾ ਐਕਟਿੰਗ ਰਾਹੀਂ ਬਣੇ। ਪਰ ਅਚਾਨਕ ਹੀ ਜ਼ਿੰਦਗੀ ਵਿਆਹ ਤੋਂ ਬਾਅਦ ਰੁਕ ਗਈ ਪਰ ਹੁਣ ਫਿਰ ਉਹਨਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਸ ਦਾ ਸਿਹਰਾ ਉਹਨਾਂ ਦੀ 9 ਸਾਲਾ ਧੀ ਨੂੰ ਵੱਜਦਾ ਹੈ ਜਿਸ ਨੇ ਆਪਣੇ ਪਿਤਾ ਨੂੰ ਦੂਜਾ ਜਨਮ ਦਿੱਤਾ। ਪਾਪਾ ਨਾਮ ਪਹਿਲੇ ਬੈਠੇ ਰਹਿੰਦੇ ਸੀ ਨਾ, ਕੁਝ ਬਾਤ ਕਰਦੇ ਸੀ ਨਾ, ਹੱਸਦੇ ਸੀ, ਤਾਂ ਮੈਂ ਪਾਪਾ ਦਾ ਧਿਆਨ ਡਾਇਵਰਟ ਕਰਨ ਕੇ ਲਈ ਪਾਪਾ ਕੋ ਕਹਾ, ਆਪ ਵੀਡੀਓ ਬਣਾਓ, ਆਪਣੇ ਪਹਿਲੇ ਵੀ ਤਾਂ ਸੌਂਗਸ ਸੀ, ਵੀਡੀਓਜ਼ ਬਣਾਏ ਹੈ ਇਤਨੀ ਜ਼ਿਆਦਾ, ਫਿਰ ਆਪ ਫਿਰ ਸੇ ਕਿਉਂ ਨਹੀਂ ਸਟਾਰਟ ਕਰ ਲੇਤੇ। ਪਾਪਾ ਨੇ ਫਿਰ ਟਿਕਟੋਕ ਮੇਂ ਫਸਟ ਵੀਡੀਓ ਬਣਾਈ ਤਾਂ ਪਾਪਾ ਕੋ ਬਹੁਤ ਅੱਛਾ ਰਿਸਪਾਂਸ ਆਇਆ, ਪਾਪਾ ਕੀ 2 ਲੱਖ अबव लाइक हो गए थे, पापा के 50,000 फॉलोअर्स हो गए थे। फिर टिकटॉक बैन हो गई, फिर पापा ने स्नैक ज्वाइन की, फिर वो भी बैन हो गई। फिर अब मुझ पे पापा को 1 ही महीना हुआ है, उस पे भी अच्छे रिस्पॉन्सेज आ रहे हैं, गिफ्ट्स आ रहे हैं। अब परिवार का कैसा माहौल है? अब अच्छा है, अब पापा हंसते भी हैं, बातें भी करते हैं और खेलते भी और वीडियोज भी बनाते हैं। मेरा एक्चुअली ये थी कि मैं ਵਿਆਹ ਤੋਂ ਪਹਿਲਾਂ ਮਾਡਲਿੰਗ ਕਰਦਾ ਰਿਹਾ, 4-5 ਸੌਂਗ 'ਚ ਵੀ ਕੀਤੀ। ਉਸ ਤੋਂ ਬਾਅਦ 'ਚ ਫਿਰ ਮੈਰਿਜ ਹੋ ਗਈ ਮੇਰੀ। ਮੈਰਿਜ ਤੋਂ ਬਾਅਦ ਪਹਿਲਾਂ ਮੇਰਾ ਫੈਮਿਲੀ ਦਾ ਮਤਲਬ ਐਟਮੋਸਫੇਅਰ ਇੱਦਾਂ ਦਾ ਸੀ ਕਿ ਫੈਮਿਲੀ ਬੜੀ ਰਿਚ ਸੀ, ਸੋਲਿਡ ਸੀ ਬੜੀ। ਫਿਰ ਮੇਰੇ ਮਤਲਬ ਕਾਲਜ ਟਾਈਮ ਤੋਂ ਬਾਅਦ 'ਚੋਂ, ਮੈਰਿਜ ਤੋਂ ਬਾਅਦ 'ਚੋਂ 2 ਵਾਰੀ ਇਨਕਮ ਟੈਕਸ ਦੀ ਰੇਡ ਹੋ ਗਈ, ਕੁਛ ਹੋਰ ਮਨੀ ਕ੍ਰਾਈਸਿਸ ਆ ਗਏ, ਜਿਹਦੇ ਕਰਕੇ ਨਾ ਉੱਪਰੋਂ ਇੱਕੋਦਮ ਨੀਚੇ ਜਿਵੇਂ ਆ ਗਏ ਸੀ। ਅਤੇ ਮੇਰਾ ਸਰਕਲ ਸੀ ਜਿਹੜਾ ਉਹ ਬਹੁਤ ਜ਼ਿਆਦਾ ਸੀ, ਮਤਲਬ ਜੇ ਮੈਂ ਅੱਧੀ ਆਵਾਜ਼ ਦੇਣੀ ਤਾਂ 100 ਬੰਦਾ ਇਕੱਠਾ ਹੋ ਜਾਣਾ, ਇੱਦਾਂ ਦਾ ਮਾਹੌਲ ਸੀ। ਪਰ ਜਦੋਂ ਮੇਰਾ ਬੁਰਾ ਟਾਈਮ ਕਹਿੰਦੇ ਨਾ ਜਦੋਂ ਆਉਂਦਾ ਤਾਂ ਸਾਇਆ ਵੀ ਸਾਥ ਛੱਡ ਜਾਂਦਾ, ਮੇਰੇ ਨਾਲ ਬਿਲਕੁਲ ਉਹ ਹੀ ਹੋਇਆ। ਮੇਰਾ ਸਾਇਆ ਵੀ ਸਾਥ ਛੱਡ ਗਿਆ, ਮੇਰਾ ਕੋਈ ਫਰੈਂਡ ਸਰਕਲ ਨਹੀਂ ਰਿਹਾ, ਈਵਨ ਕਿ ਮੈਂ ਆਪਣਾ ਖੂਨ ਚਿੱਟਾ ਹੁੰਦਾ ਵੇਖਿਆ। ਫਿਰ ਉਸ ਤੋਂ ਬਾਅਦ 'ਚ ਮੇਰੀ ਗੁੜੀਆ ਅਤੇ ਮੇਰੀ ਵਾਈਫ ਹੈ, ਮੈਂ ਡਿਪਰੈਸ਼ਨ 'ਚ ਚਲ ਗਿਆ ਸੀ ਕਾਫੀ, ਇਹਨਾਂ ਨੇ ਮੈਨੂੰ ਡਿਪਰੈਸ਼ਨ 'ਚੋਂ ਕੱਢਣ ਲਈ ਇਹਨੇ ਮੇਰਾ ਜ਼ੋਰ ਲਗਾਉਣਾ ਸ਼ੁਰੂ ਕੀਤਾ, ਫੋਰਸਫੁਲੀ ਮੈਨੂੰ ਬੜਾ ਫੋਰਸ ਕੀਤਾ, ਵੀਡੀਓ ਬਣਾਇਆ ਕਰੋ, ਤੁਹਾਡੀ ਤੁਸੀਂ ਪਹਿਲਾਂ ਵੀ ਕੰਮ ਕੀਤਾ ਦਾ, ਮਾਡਲਿੰਗ ਕੀਤੀ ਦੀ ਆ, ਤੁਹਾਨੂੰ ਜ਼ਿਆਦਾ ਮੁਸ਼ਕਿਲ ਵੀ ਨਹੀਂ ਹੋਣੀ। ਪਰ ਮੈਂ ਉਸ ਸਟੇਜ 'ਤੇ ਨਹੀਂ ਸੀ ਉਦੋਂ, ਮੈਂ ਇਗਨੋਰ ਕਰਦਾ ਰਿਹਾ, ਟਾਲ ਮਟੋਲ ਕਰ ਦੇਣਾ ਇਹਨਾਂ ਨੂੰ। ਫਿਰ ਇੱਕ ਦਿਨ ਮੈਨੂੰ ਫੀਲ ਹੋਇਆ ਕਿ ਯਾਰ ਇੰਨਾ ਵਿਚਾਰੇ ਮੇਰੇ ਕਰਕੇ ਇਹ ਵੀ ਪਰੇਸ਼ਾਨ ਰਹਿੰਦੇ ਨੇ, ਕੁਦਰਤੀ ਜਦੋਂ ਬਸ ਫਿਰ ਇੱਕ ਦਿਨ ਮੈਂ ਆਪੇ ਇਹਨੂੰ ਗੁੜੀਆਂ ਨੂੰ ਕਿਹਾ, ਮੈਂ ਕਿਹਾ ਚਲੋ ਕੋਈ ਨਹੀਂ ਮੈਂ ਵੀਡੀਓ ਬਣਾਉਂਦਾ। ਫਿਰ ਵੀਡੀਓ ਬਣਾਉਣੀਆਂ ਮੈਂ ਸਟਾਰਟ ਕੀਤੀਆਂ, ਟਿਕਟੋਕ ਸੀ ਉਦੋਂ, ਟਿਕਟੋਕ 'ਚ ਬੜਾ ਵਧੀਆ ਰਿਸਪੋਂਸ ਮਿਲਿਆ। ਅਤੇ ਉਸ ਤੋਂ ਬਾਅਦ ਫਿਰ ਟਿਕਟੋਕ ਬੈਨ ਹੋ ਗਈ, ਫਿਰ ਸਨੈਕ 'ਚ ਸ਼ੁਰੂ ਕੀਤੀਆਂ, ਫਿਰ ਉਹ ਵੀ ਬੰਦ ਹੋ ਗਈ, ਚਾਈਨੀਜ਼ ਐਪ ਸੀ ਐਕਚੁਅਲੀ। ਫਿਰ ਉਸ ਤੋਂ ਬਾਅਦ 'ਚ ਹੁਣ ਮੌਜ 'ਚ ਮੈਂ ਬਣਾਉਂਦਾ ਨਹੀਂ ਸੀ, ਇਹਨਾਂ ਨੇ ਮੌਜ ਦਾ ਮੈਸੇਜ ਆਉਣੇ ਮੈਨੂੰ ਸ਼ੁਰੂ ਹੋਏ ਕਿ ਤੁਸੀਂ ਵੀਡੀਓਜ਼ ਬਣਾਓ, ਮੈਂ ਰਿਪਲਾਈ ਨਹੀਂ ਕੀਤਾ ਕੋਈ ਇਹਨਾਂ ਨੂੰ। ਅਤੇ ਇਹਨਾਂ ਨੇ ਫਿਰ ਮੈਨੂੰ ਨਾ ਕਾਲ ਕਰਨੀ ਸ਼ੁਰੂ ਕੀਤੀ ਕਿ ਤੁਸੀਂ ਵੀਡੀਓਜ਼ ਬਣਾਓ, ਅਸੀਂ ਤੁਹਾਡੀਆਂ ਪੋਪੂਲਰ ਕ੍ਰੀਏਟਰ 'ਚ ਕਰਾਂਗੇ, ਅਸੀਂ ਤੁਹਾਡੀਆਂ ਵੀਡੀਓਜ਼ ਦੇਖੀਆਂ ਨੇ, ਸਾਨੂੰ ਬਹੁਤ ਪਸੰਦ ਆ। ਫਿਰ ਮੈਂ ਮੌਜ 'ਚ ਐਡਜਸਟ ਸ਼ੁਰੂ ਕੀਤਾ ਸਫ਼ਰ, ਪਰ ਇਹ ਯਾਰ ਰਿਸਪੋਂਸ ਬੜਾ ਵਧੀਆ ਮਿਲਿਆ, ਕੁਛ ਗਿਫਟ ਮਿਲੇ ਨੇ ਉਹਨਾਂ ਨੇ ਭੇਜੇ ਨੇ, ਕੁਛ ਇਹਨਾਂ ਨੇ ਹਫ਼ਤਾ ਪਹਿਲਾਂ ਕੋਂਟੈਸਟ ਸੀ ਇੱਕ, ਮਤਲਬ ਸਾਰੇ ਇੰਡੀਆ 'ਚ ਉਹਨਾਂ ਨੇ 75 ਜਣੇ ਸਿਲੈਕਟ ਕੀਤੇ ਸੀ ਅਤੇ ਉਹਨਾਂ ਵਿੱਚੋਂ ਇੱਕ ਮੇਰਾ ਨਾਮ ਸੀ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈ ਜਿਨ੍ਹਾਂ ਨਾਲ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਐਟਲੀਸਟ ਅਸੀਂ ਜੋ ਕਰਦੇ ਪਏ ਹਾਂ ਕੁਛ ਗਲਤ ਨਹੀਂ ਕਰਦੇ ਪਏ, ਕੋਈ ਸਾਡੀ ਵੀਡੀਓਜ਼ ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਕਿ ਜਿਹੜਾ ਕੋਈ ਗਲਤ ਮੈਸੇਜ ਆਏ ਸੋਸਾਇਟੀ 'ਚ, ਉਹ ਵੀਡੀਓਜ਼ ਹੁੰਦੀਆਂ ਜਿਹੜੀਆਂ ਤੁਸੀਂ ਫੈਮਿਲੀ 'ਚ ਬੈਠ ਕੇ ਦੇਖ ਸਕੋ। ਕਿਸ ਤਰ੍ਹਾਂ ਦਾ ਮਾਹੌਲ ਆ ਅੱਜ ਜੇ ਗੱਲ ਕੀਤੀ ਜਾਏ ਪਰਿਵਾਰ ਦਾ, ਪਹਿਲਾਂ ਦੇ ਮਾਹੌਲ ਤੋਂ ਅੱਜ ਦਾ ਕਿੱਦਾਂ ਦਾ ਮਾਹੌਲ? ਪਹਿਲਾਂ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਐਟਮੋਸਫੇਅਰ ਘਰ ਦਾ ਤੁਸੀਂ ਆਪੇ ਸਮਝ ਸਕਦੇ ਹੋ ਕਿ ਜਦੋਂ ਇੱਕ ਘਰ ਦਾ ਮੁਖੀਆ ਹੀ ਇੰਨਾ ਪਰੇਸ਼ਾਨ ਹੋਏ, ਟੈਂਸ ਹੋਏ ਐਡਾ, ਅਤੇ ਬਾਕੀ ਵਿਚਾਰਿਆਂ ਦਾ ਕਿਤੇ ਉਹੀ ਹਾਲ ਹੋਣਾ, ਉਸ ਹਿਸਾਬ ਨਾਲ ਹੀ ਲਾਈਫ ਹੋਣੀ ਹੈ। ਬਟ ਹੁਣ ਜਿਹੜੀ ਲਾਈਫ ਹੈ ਐਟਲੀਸਟ ਠੀਕ ਹੈ, ਅਸੀਂ ਕੋਈ ਇੰਨੇ ਉਹ ਸਟੇਜ 'ਤੇ ਅਜੇ ਨਹੀਂ ਪਹੁੰਚੇ, ਪਰ ਇਹ ਆ ਐਟਲੀਸਟ ਅਸੀਂ ਖੁਸ਼ ਹਾਂ ਆਪਣੀ ਫੈਮਿਲੀ 'ਚ, ਮੇਰੀ ਵਾਈਫ ਖੁਸ਼ ਹੈ, ਮੇਰੀ ਗੁੜੀਆ ਖੁਸ਼ ਹੈ, ਬਾਕੀ ਰੱਬ ਰੱਖਾ, ਦੁਨੀਆ ਦੀ ਪਰਵਾਹ ਕੋਈ ਨਹੀਂ, ਦੁਨੀਆ ਬੋਲਦੀ ਹੈ। ਹਜੇ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਸੀਂ ਵੀਡੀਓ ਤੁਸੀਂ ਗਲਤ ਨਾ ਬਣਾਇਆ ਕਰੋ ਜਾਂ ਗਲਤ ਬਣਾਉਂਦੇ ਹੋ। ਬਾਕੀ ਕਿਸੇ ਵੀ ਫੀਲਡ 'ਚ ਚਲ ਜਾਂਗੇ ਨਾ, ਅਤੇ ਲੋਕਾਂ ਨੇ ਤੁਹਾਨੂੰ ਪਤਾ ਜੇ 90 ਜਣਿਆਂ ਨੇ ਸਹੀ ਕਹਿਣਾ ਤਾਂ 10 ਜਣੇ ਤੁਹਾਨੂੰ ਹਰ ਫੀਲਡ 'ਚ ਮਿਲਣੇ ਆ। ਸੋ ਇਹੋ ਚੀਜ਼ ਮੈਂ ਵਾਈਫ ਨੂੰ ਸਮਝਾਉਂਦਾ ਸੀ, ਵਾਈਫ ਨਹੀਂ ਸੀ ਮੰਨਦੀ ਪਹਿਲਾਂ, ਫਿਰ ਮੇਰੇ ਕਰਕੇ ਇਹਨੇ ਬਣਾਉਣੀਆਂ ਸ਼ੁਰੂ ਕੀਤੀਆਂ ਕਿ ਐਟਲੀਸਟ ਇਹ ਠੀਕ ਹੋ ਜਾਣਗੇ ਅਤੇ ਮੈਨੂੰ ਹੋਰ ਕੀ ਚਾਹੀਦਾ। ਸੋ ਕਿਹੜੇ ਕਿਹੜੇ ਨਾਮੀ ਗਾਇਕਾਂ ਨਾਲ ਵੀ ਤੁਸੀਂ ਪਹਿਲਾਂ ਗਾਣੇ ਵੀ ਕੀਤੇ ਗਏ ਤੁਹਾਡੇ ਨਾਲ? ਮੈਂ ਨਛੱਤਰ ਗਿੱਲ ਨਾਲ ਕੀਤਾ ਸੀ ਜੀ, ਇੱਕ ਬਿਲ ਸਿੰਘ ਨਾਲ ਕੀਤਾ ਸੀ, ਹਨੀ ਸਿੰਘ ਮਿਊਜ਼ਿਕ ਡਾਇਰੈਕਟਰ ਸੀ ਉਹਦਾ, ਅਤੇ ਹਨੀ ਸਿੰਘ ਨਾਲ ਹੀ ਸੀ ਸ਼ੂਟ 'ਚ ਰਿਹਾ ਜਦੋਂ ਪ੍ਰੋਪਰ,
एक मनहीर नाल कीता सी। नछत्र गिल दा कड़ा गाना सी जिहदे विच ए वादियां तों मुकरी जे, उस गाने दे विच मॉडल दा मैं सी मेन मॉडल उहदे च, ते काफ़ी गाना लोगों नूं पसंद भी कीता सी। अज दी डेट च वी लोकी बड़ा उहनूं देखदे ने, बड़ा पसंद करदे ने। अक्सर लोगों के मैसेज कॉल आदियाँ रहिंदियां, बाहरों आदियाँ, बड़ा वधिया फील हुंदा कि जिहड़े लोग असीं जानदे भी नहीं आ मीनस वो फोन करते हैं, स्पैशली सानू वीडियो कॉल करते हैं कि भाजी एक बारी तुहानू देखना है। सो ये चीज़ां मन नूं खुश कर दियां कितने ना कितने। दुखी भैन भरावां दे मसीहा, पंजाब दे मशहूर ज्योतिष, 50 सालां दा महान तजर्बा, स्वामी शुक्राचार्य मां काली उपासक, तांत्रिक विधि नाल पाओ 100% गारंटी नाल हर परेशानी दा हल, पति पत्नी च झगड़ा, प्रेम ब्याह च रुकावट, सौदन दुश्मन दा खात्मा, विदेश च पक्का होना, कीता कराया, गुप्त वशीकरण कराओ, रुसे प्रेमी प्रेमिका नूं अपने बस च करो, लाटरी नंबर पाओ भावें 649 होवे जां लुटो मैक्स, प्यार च धोखा खा चुके प्रेमी प्रेमिका एक बार जरूर संपर्क करो, मैं तुहाडा प्यार टुटण नहीं देवांगा, संपर्क करो 9879014।